ਭਾਜੀ ਉਰੇ ਖੜੇ ਭਾਈ ਨਾਲ ਕਰ ਕੀ ਰਹੇ ਤੁਸੀਂ ਇਹ ਆ ਬੱਸਾਂ ਆਈ ਜਾਂਦੀਆਂ ਨੇ ਤੇ ਬੱਸਾਂ ਕਿੱਥੇ ਜਾ ਰਹੀਆਂ ਨੇ ਬੱਸਾਂ ਕਿੱਥੇ ਜਾ ਰਹੀਆਂ ਨੇ ਤਸਵੀਰਾਂ ਪਟਿਆਲਾ ਦੀ ਲੱਕੜ ਮੰਡੀ ਦੀਆਂ ਨੇ ਜਿੱਥੇ ਕੁਝ ਨਿੱਜੀ ਬੱਸਾਂ ਦੇ ਮਾਲਕ ਕੋਰੋਨਾ ਮਹਾਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਨਜਾਇਜ਼ ਤਰੀਕੇ ਨਾਲ ਘਰ ਭੇਜਣ ਦਾ ਗੋਰਖ ਧੰਦਾ ਚਲਾ ਰਹੇ ਨੇ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕਾਂ ਨੂੰ ਹਰ ਨਾਕੇ ਤੇ ਘੇਰਨ ਵਾਲੀ ਪੁਲਿਸ ਨੂੰ ਇਸ ਦੀ ਕੰਨੋ ਕੰਨੀ ਖਬਰ ਤੱਕ ਨਹੀਂ ਹੈ ਚਸ਼ਮਦੀਦ ਵਿਅਕਤੀਆਂ ਦਾ ਇਲਜ਼ਾਮ ਹੈ ਕਿ ਬੱਸਾਂ ਵਾਲੇ ਇਹ ਲੋਕ ਸਵੇਰੇ ਪਹਿਲਾਂ ਪਟਿਆਲਾ ਦੀ ਮੰਡੀ ਵਿੱਚ ਕਰੀਬ 100-150 ਬੰਦੇ ਨੂੰ ਛੱਡਦੇ ਨੇ ਅਤੇ ਫਿਰ ਉੱਥੋਂ ਹੀ ਸ਼ਹਿਰ ਦੇ ਅੰਦਰ ਜਾਂ ਫਿਰ ਪੰਜਾਬ ਤੋਂ ਬਾਹਰ ਭੇਜਦੇ ਨੇ ਇਸ ਪੂਰੇ ਮਾਮਲੇ ਦਾ ਖੁਲਾਸਾ ਕਰਨ ਵਾਲੇ ਵਿਅਕਤੀ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਵੀ ਕੀਤੀ ਪਰ ਉਹਨਾਂ ਇਲਜ਼ਾਮ ਲਾਇਆ ਕਿ ਪੁਲਿਸ ਕਾਫੀ ਸਮਾਂ ਆਈ ਹੀ ਨਹੀਂ ਅਤੇ ਜਦੋਂ ਤੱਕ ਪੁਲਿਸ ਪਹੁੰਚੀ ਉਦੋਂ ਤੱਕ ਬੱਸਾਂ ਵਾਲੇ ਉੱਥੋਂ ਜਾ ਚੁੱਕੇ ਸਨ ਸਰ ਇਹ ਲੱਕੜ ਮੰਡੀ ਕਹਿੰਦੇ ਨੇ ਸਨੋੜੀ ਜਿਹੜਾ ਚੁੰਗੀ ਵੀ ਕਹਿ ਦਿੰਦੇ ਇਹਨੂੰ ਤੇ ਇੱਥੇ ਤੋਂ ਹੀ ਤੁਸੀਂ ਦੇਖਿਆ 2 ਮਿੰਟ ਪਹਿਲਾਂ ਵੀ ਬੱਸਾਂ 2 ਭਰ ਕੇ ਲੱਦ ਕੇ ਫੁੱਲੀ ਫੁੱਲ ਇੱਕ ਸੀਟ ਤੇ 4-4 ਬੰਦੇ 3 ਸੀਟਾਂ ਵਾਲੇ ਤੇ 4-4 ਬੰਦੇ ਲੱਦ ਕੇ ਗਏ ਆ ਤੁਸੀਂ ਦੇਖਿਆ ਵੀ ਹੈ ਤੇ ਇਹ ਜਦੋਂ ਮੈਨੂੰ ਸਵੇਰੇ ਪਤਾ ਲੱਗਿਆ ਮੰਡੀ ਦੇ ਵਿੱਚ ਸਬਜ਼ੀ ਮੰਡੀ 'ਚ ਮੇਰਾ ਰਹਿਸ਼ ਹੈ ਮੇਰਾ ਘਰ ਹੈ ਪਰ ਉੱਥੇ 200-250 ਬੰਦਾ ਇਹੀ ਬੱਸਾਂ ਵਾਲੇ 200-250 ਬੰਦਾ ਸਵੇਰੇ 4 ਵਜੇ ਛੱਡ ਕੇ ਗਏ ਆ ਤੇ ਹੁਣ ਦੇਖੋ ਤੁਹਾਡੇ ਸਾਹਮਣੇ ਹੁਣ ਭਰ ਕੇ ਯੂਪੀ ਨੂੰ ਗਏ ਯੂਪੀ ਉਹ ਫਿਰ ਭਰ ਕੇ ਲੈ ਕੇ ਆਉਣਗੇ ਤੇ ਇੱਥੇ ਕੋਈ ਪ੍ਰਸ਼ਾਸਨ ਦੇਖ ਨਹੀਂ ਰਿਹਾ ਕਿਵੇਂ ਆ ਰਹੇ ਆ ਕੋਈ ਬਾਰਡਰ ਸੀਲ ਨਹੀਂ ਕੋਈ ਕੁਛ ਨਹੀਂ ਕੋਈ ਰਸਤੇ 'ਚ ਇਹਨਾਂ ਨੂੰ ਕੋਈ ਨਹੀਂ ਰੋਕ ਰਿਹਾ ਜੇ ਆਮ ਬੰਦਾ ਪਬਲਿਕ ਨੋਰਮਲ ਪਬਲਿਕ ਆਪਣੇ ਘਰ ਦੁਕਾਨ ਖੋਲਦੀ ਹੈ ਤਾਂ ਉਹਨੂੰ ਪੁਲਿਸ ਨਾਲ ਦੀ ਨਾਲ ਹੀ ਉਹ ਕਰ ਲੈਂਦੀ ਹੈ ਪਰ ਨਾਲ ਦੀ ਨਾਲ ਉਹਦਾ ਚਲਾਨ ਕੱਟਿਆ ਜਾਂਦਾ ਪਰ ਇੱਥੇ ਦੇਖੋ ਬੱਸਾਂ ਸਰੇਆਮ ਤੁਹਾਡੇ ਨਾਲ ਵੀ ਧੱਕਾ ਹੋਇਆ ਪ੍ਰੈਸ ਵਾਲਿਆਂ ਨਾਲ ਵੀ ਉਹ ਧੱਕਾ ਕਰ ਰਿਹਾ ਸੀਗਾ ਤੇ ਸਰੇਆਮ ਇਹ ਧੱਜੀਆਂ ਉਡਾਈ ਜਾ ਰਹੀਆਂ ਪ੍ਰਸ਼ਾਸਨ ਦੀਆਂ ਕੋਈ ਇਹਨਾਂ ਦੀ ਕੋਈ ਨਹੀਂ ਇਹਨੂੰ ਦੇਖਣ ਵਾਲਾ ਨਹੀਂ ਕੋਈ ਪੁਲਿਸ ਨਹੀਂ ਪੁੱਛ ਰਹੀ ਇਹਨਾਂ ਨੂੰ ਦੇਖੋ ਤੁਹਾਡੇ ਸਾਹਮਣੇ ਬੱਸਾਂ ਕਿਵੇਂ ਭਜਾ ਕੇ ਲੈ ਕੇ ਚਲੇ ਗਏ ਗੈਰ ਕਾਨੂੰਨੀ ਕੰਮ ਹੈ ਸਰ ਦੇਖੋ ਤੁਹਾਡੇ ਸਾਹਮਣੇ ਗੈਰ ਕਾਨੂੰਨੀ ਕੰਮ ਹੈ ਭੱਜ ਕੇ ਜੇ ਸਹੀ ਹੁੰਦੇ ਭੱਜਦੇ ਕਿਉਂ ਤੁਹਾਡੇ ਸਾਹਮਣੇ ਬੱਸਾਂ ਭਜਾ ਕੇ ਲੈ ਕੇ ਚਲੇ ਗਏ 200-250 ਬੰਦਾ ਵੱਡੀ ਸਨੋਰ ਵਾਲੀ ਸਬਜ਼ੀ ਮੰਡੀ ਅਤੇ ਛੋਟੀ ਸਬਜ਼ੀ ਮੰਡੀ ਦੇ ਵਿੱਚ ਆਇਆ ਕੋਈ ਉਹਨਾਂ ਦਾ ਚੈੱਕਅਪ ਨਹੀਂ ਕੋਈ ਉਹਨਾਂ ਦਾ ਟੈਸਟ ਨਹੀਂ ਸਰੇਆਮ ਉਹ ਆ ਕੇ ਆਪਣੇ ਕਮਰਿਆਂ ਦੇ ਵਿੱਚ ਠਹਿਰਨ ਲੱਗ ਗਏ ਪੁਲਿਸ ਨੂੰ ਮੈਨੇ ਸਰ ਕਾਲ ਕਰੀ ਸੀਗੀ ਥੋੜ੍ਹੀ ਦੇਰ ਪਹਿਲਾਂ ਸਰ ਨਾਲ ਮੇਰੇ ਉਹ ਕਹਿੰਦੇ ਮੈਂ ਬੰਦੇ ਭੇਜ ਰਿਹਾ ਹਜੇ ਤੱਕ ਬੰਦੇ ਨਹੀਂ ਇਸ ਪੂਰੇ ਮਾਮਲੇ ਦੌਰਾਨ ਜਦੋਂ ਮੌਕੇ ਤੇ ਮੌਜੂਦ ਪੱਤਰਕਾਰਾਂ ਨੇ ਬੱਸ ਮਾਲਕਾਂ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੱਤਰਕਾਰਾਂ ਨਾਲ ਹੀ ਬਦਸਲੂਕੀ ਤੇ ਉਤਰ ਆਏ ਇਲਜ਼ਾਮੇ ਕਿ ਨਾ ਤਾਂ ਇਹਨਾਂ ਬੱਸ ਮਾਲਕਾਂ ਕੋਲ ਕੋਈ ਪਰਮਿਟ ਸੀ ਨਾ ਹੀ ਕੋਈ ਬੱਸ ਪਾਸ ਆਦਿ ਸਵਾਰੀਆਂ ਦਾ ਕੋਰੋਨਾ ਟੈਸਟ ਤਾਂ ਕਰਵਾਉਣਾ ਹੀ ਕਿਹੜੇ ਨਾਡੂ ਖਾਨ ਨੇ ਸੀ ਉਧਰੇ ਪੂਰੀ ਘਟਨਾ ਵਾਪਰਨ ਤੋਂ ਬਾਅਦ ਪਟਿਆਲਾ ਪੁਲਿਸ ਪੁੱਜੀ ਤਾਂ ਜ਼ਰੂਰ ਪਰ 2 ਮੁਲਾਜ਼ਮ ਜਿਨ੍ਹਾਂ ਨੇ ਉਹੀ ਨਪਿਆ ਤੁਲਿਆ ਜਵਾਬ ਦੇ ਕੇ ਕਾਰਵਾਈ ਦੀ ਗੱਲ ਆਖੀ ਅਤੇ ਉੱਥੋਂ ਤੁਰਦੇ ਬਣੇ ਪ੍ਰਸ਼ਾਸਨ ਨੂੰ ਦੱਸੇ ਬਗੈਰ ਬੱਸਾਂ ਜਾ ਰਹੀਆਂ ਨੇ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਿਆ ਨਹੀਂ ਸਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਕਿ ਇਸ ਤਰ੍ਹਾਂ ਦੀ ਗੱਲ ਜਦੋਂ ਸਾਨੂੰ ਕੰਟਰੋਲ ਰੂਮ ਤੋਂ ਮਿਲੀ ਵੀ ਇੱਦਾਂ ਦੀ ਕੋਈ ਬੱਸ ਜਾ ਰਹੀ ਅਸੀਂ ਮੌਕੇ ਜਾ ਕੇ ਦੇਖਿਆ ਉੱਥੋਂ ਬੱਸਾਂ ਜਾ ਚੁੱਕੀਆਂ ਸੀ ਪਰ ਬਾਅਦ 'ਚ ਸਾਨੂੰ ਜਦੋਂ ਪਤਾ ਲੱਗਿਆ ਵੀ ਉਹ ਜਗਦੀਸ਼ ਕਲੋਨੀ ਉਹ ਬੱਸਾਂ ਘੁੰਮ ਕੇ ਉੱਥੋਂ ਬੰਦੇ ਉੱਥੋਂ ਜੋ ਸਵਾਰੀਆਂ ਚੜੀਆਂ ਚੜਾਈਆਂ ਸੀ ਸਾਰੀ ਉਤਾਰ ਕੇ ਚਲੀ ਗਈਆਂ ਅਤੇ ਅਗਰ ਜੇ ਬੰਦਾ ਪਕੜਿਆ ਜਾਂਦਾ ਤਾਂ ਕਾਰਵਾਈ ਕੀਤੀ ਜਾਏਗੀ ਸਰ ਕੋਈ ਹਾਂਜੀ ਉਹਦੀ ਕਾਰਵਾਈ ਕੀਤੀ ਜਾਊਗੀ ਕਿ ਉਸ ਕਿਸ ਦੇ ਆਰਡਰ ਦੇ ਨਾਲ ਉਹਨਾਂ ਨੂੰ ਲੈ ਕੇ ਜਾ ਰਿਹਾ ਸੀ ਕਿੱਥੇ ਲੈ ਕੇ ਜਾ ਰਿਹਾ ਸੀ ਜੋ ਵੀ ਉਸਦੇ ਪਿੱਛੇ ਦਾ ਮੋਟਿਵ ਸੀ ਉਹ ਬਾਰੇ ਪੂਰਾ ਹੁਣ ਜਨਾਬ ਜਦੋਂ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਇਹ ਹਾਲ ਹੈ ਤਾਂ ਬਾਕੀ ਪੰਜਾਬ ਦਾ ਕੀ ਹਾਲ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਓ ਬੱਸਾਂ ਵਾਲਿਆਂ ਕੋਲ ਨਾ ਕੋਈ ਪਰਮਿਟ ਨਾ ਕਿਸੇ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਪਾਸ ਫਿਰ ਵੀ ਕਿਸੇ ਨਾਕੇ ਤੇ ਕਿਸੇ ਚੌਂਕ ਚੁਰਾਹੇ ਕੋਈ ਪੁੱਛਗਿੱਛ ਨਹੀਂ ਅਤੇ ਬੱਸਾਂ ਵਿੱਚ ਤੂੜੀ ਵਾਂਗੂ ਤੁੰਨੇ ਲੋਕ ਵੀ ਕਿਸੇ ਅਧਿਕਾਰੀ ਨੂੰ ਨਹੀਂ ਦਿਖ ਰਹੇ ਕਿਉਂ ਨਹੀਂ ਦਿਖ ਰਹੇ ਇਸ ਦਾ ਜਵਾਬ ਸ਼ਾਇਦ ਪਟਿਆਲਾ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਦੇ ਸਕੇ ਪਟਿਆਲਾ ਤੋਂ ਅਮਰਜੀਤ ਸਿੰਘ ਪੰਜਾਬੀ ਲੋਕ ਚੈਨਲ